ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਨਿਰਮਾਣ ਅਧੀਨ ਇਸ ਇਮਾਰਤ ਤੋਂ ਦੋ ਲੋਕ ਹੇਠਾਂ ਡਿੱਗ ਗਏ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਦੋਨੋਂ ਹੀ ਨੌਜਵਾਨ ਦੱਸੇ ਜਾ ਰਹੇ ਨੇ ਜੋ ਇੱਥੇ ਇਮਾਰਤ ਦਾ ਕੰਮ ਕਰ ਰਹੇ ਸਨ। ਇਸ ਇਮਾਰਤ ਦੀ ਦੂਸਰੀ ਮੰਜ਼ਿਲ ਦਾ ਕੰਮ ਚੱਲ ਰਿਹਾ ਸੀ ਤੇ ਜਿਸ ਬਾਂਸ ਦੇ ਨਾਲ ਸਪੋਰਟ ਦੇ ਕੇ ਇਹ ਕਾਮੇ ਫੱਟੇ ਤੇ ਚੜ ਕੇ ਕੰਮ ਕਰ ਰਹੇ ਸਨ ਤਾਂ ਬਾਂਸ ਅਚਾਨਕ ਹੇਠੋਂ ਟੁੱਟ ਗਿਆ, ਜਿਸ ਕਰਕੇ ਇਹ ਦੋਨੋਂ ਹੀ ਜ਼ਮੀਨ ਤੇ ਆ ਡਿੱਗੇ ਤੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ। ਹਾਦਸਾ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਦੇ ਨੇੜੇ ਹੀ ਵਾਪਰਿਆ, ਜਿੱਥੇ ਇਹ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਤੇ ਇਮਾਰਤ ਦੀ ਦੂਸਰੀ ਮੰਜ਼ਿਲ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਫੱਟੇ ਨੂੰ ਬਾਂਸ ਨਾਲ ਸਪੋਰਟ ਦੇ ਕੇ ਇਹ ਮਜ਼ਦੂਰ ਇਸ ਤੇ ਚੜ ਕੇ ਕੰਮ ਕਰ ਰਹੇ ਸਨ ਤਾਂ ਅਚਾਨਕ ਬਾਂਸ ਟੁੱਟ ਗਿਆ, ਜਿਸ ਕਰਕੇ ਦੋਨੋਂ ਹੀ ਜ਼ਮੀਨ ਤੇ ਆ ਡਿੱਗੇ ਤੇ ਮਿੰਟਾਂ ਦੇ ਵਿੱਚ ਹੀ ਇਲਾਕੇ 'ਚ ਚੀਕ ਚਿਹਾੜਾ ਮੱਚ ਗਿਆ। ਤੁਰੰਤ ਇਹਨਾਂ ਜ਼ਖਮੀ ਕਾਮਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਇਹਨਾਂ ਜ਼ਖਮੀਆਂ ਦੇ ਮਾਪੇ ਵੀ ਹਸਪਤਾਲ ਪਹੁੰਚੇ ਹੋਏ ਨੇ ਤੇ ਉੱਧਰ ਇਮਾਰਤ ਦਾ ਮਾਲਕ ਵੀ ਮਜ਼ਦੂਰਾਂ ਦਾ ਹਾਲ ਚਾਲ ਜਾਣਨ ਦੇ ਲਈ ਹਸਪਤਾਲ ਪਹੁੰਚਿਆ। ਵਾਕਿਆ ਇਹ ਕੰਮ ਕਰ ਰਹੇ ਸੀ, ਉੱਤੋਂ ਜਿਹੜੀ ਬਾਂਸ ਟੁੱਟ ਗਿਆ, ਥੱਲੇ ਗਿਰੇ ਸਾਰੇ ਦੋ ਬੰਦੇ, ਸੱਟਾਂ ਲੱਗੀਆਂ ਇਹਨਾਂ ਨੂੰ, ਚਲੇ ਗੁੱਲੀਆਂ ਫਿਰ ਕਾਰ ਚ ਪਾ ਕੇ ਲੈ ਕੇ ਗਏ ਇਹਨਾਂ ਨੂੰ। ਕਿਹੜੀ ਕਲੋਨੀ ਹੈ ਜੀ? ਇਹ ਹੈਗੀ ਨਟਾ ਵਾਲੀ ਗਲੀ। ਕਿੰਨੇ ਬੰਦੇ ਸੀਗੇ ਜੀ? ਇਹ ਦੋ ਬੰਦੇ ਗਿਰੇ ਆ। ਮੈਂ ਮੇਰੀ ਮਿਸੀ ਸੀਗੇ ਦੋਨੋਂ। ਅਸੀਂ ਅਸੀਂ ਗੁਰਦੁਆਰੇ ਜਾ ਰਹੀ, ਕੋਲ ਇੱਕਦਮ ਗਿਰਿਆ ਸੀ, ਬਚਣਾ ਹੋ ਗਿਆ। ਮੈਂ ਕਿਹਾ ਸਾਡੇ ਇੱਟਾਂ ਸਾਡੇ ਵੀ ਗੰਦੀਆਂ ਸੀਗੀਆਂ। ਤੁਹਾਡੇ ਵੀ ਸਾਈਡ ਰਾਈਟ ਸਾਈਡ ਸੀਮੈਂਟ ਵਗੈਰਾ ਲੱਗਿਆ ਪਿਆ? ਮੇਰੇ ਲੱਗਿਆ ਪਿਆ, ਮੇਰੇ ਗਿਰਿਆ ਵਿੱਚ ਦੋਨੋਂ ਸਾਰੇ ਪਾਸੇ ਸਫਾਈ ਸਫੂਈ ਕੀਤੀ ਆ। ਅੱਛਾ ਜੀ। ਰੱਬ ਕਿੱਥੇ ਲੱਗ ਗਿਆ ਜੀ ਬੰਦੇ ਫਿਰ ਜਿਹੜੇ ਗਿਰੇ ਨੇ? ਹਾਸਪਿਟਲ ਲੈ ਗਏ ਬੰਦੇ? ਨਹੀਂ, ਮਾਲਾ ਤਾਂ ਨਹੀਂ ਪਤਾ, ਬੰਦੇ ਹੀ ਲੈ ਗਏ ਵੀ ਚੱਕ ਕੇ ਕਾਰ ਚ ਖਾ ਗਏ। ਨਹੀਂ, ਸੱਟਾਂ ਨਾਲ ਲੱਗੀਆਂ ਯਾਰ, ਬਹੁਤ ਗੁਰੇ ਇਕਦਮ ਉੱਚਾ ਆਈ ਤੇ ਗਿਰੇ ਜ਼ੋਰ ਦੇ ਥੱਲੇ, ਇੱਟਾਂ ਵੀ ਨਾਲ ਗਿਰੀਆਂ ਸਾਰੀਆਂ, ਇਸ ਕਰਕੇ ਸੱਟਾਂ ਨਾਲ ਲੱਗੀਆਂ ਉਹਨਾਂ ਵਿਚਾਰੇ ਦੀਆਂ। ਅਸੀਂ ਐਵੇਂ ਤੁਹਾਨੂੰ ਕਹੀਏ, ਮੇਰਾ ਘਰ ਗਲੀ ਦੇ ਵਿੱਚ ਹੀ ਹੈ, ਸੱਟਾਂ ਦੇ ਨਾਲ। ਪਤਾ ਨੀ ਬੰਨੀਆਂ, ਪੈਡ ਆ ਦੇਖੋ ਟੁੱਟੇ ਹੋਏ ਸਾਰੇ, ਇਕਦਮ ਵਿਚਾਰੇ ਗਿਰ ਗਏ ਸੱਟੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਨਿਰਮਾਣ ਅਧੀਨ ਇਸ ਇਮਾਰਤ ਤੋਂ ਦੋ ਲੋਕ ਹੇਠਾਂ ਡਿੱਗ ਗਏ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਦੋਨੋਂ ਹੀ ਨੌਜਵਾਨ ਦੱਸੇ ਜਾ ਰਹੇ ਨੇ ਜੋ ਇੱਥੇ ਇਮਾਰਤ ਦਾ ਕੰਮ ਕਰ ਰਹੇ ਸਨ। ਇਸ ਇਮਾਰਤ ਦੀ ਦੂਸਰੀ ਮੰਜ਼ਿਲ ਦਾ ਕੰਮ ਚੱਲ ਰਿਹਾ ਸੀ ਤੇ ਜਿਸ ਬਾਂਸ ਦੇ ਨਾਲ ਸਪੋਰਟ ਦੇ ਕੇ ਇਹ ਕਾਮੇ ਫੱਟੇ ਤੇ ਚੜ ਕੇ ਕੰਮ ਕਰ ਰਹੇ ਸਨ ਤਾਂ ਬਾਂਸ ਅਚਾਨਕ ਹੇਠੋਂ ਟੁੱਟ ਗਿਆ, ਜਿਸ ਕਰਕੇ ਇਹ ਦੋਨੋਂ ਹੀ ਜ਼ਮੀਨ ਤੇ ਆ ਡਿੱਗੇ ਤੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ। ਹਾਦਸਾ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਦੇ ਨੇੜੇ ਹੀ ਵਾਪਰਿਆ, ਜਿੱਥੇ ਇਹ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਤੇ ਇਮਾਰਤ ਦੀ ਦੂਸਰੀ ਮੰਜ਼ਿਲ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਫੱਟੇ ਨੂੰ ਬਾਂਸ ਨਾਲ ਸਪੋਰਟ ਦੇ ਕੇ ਇਹ ਮਜ਼ਦੂਰ ਇਸ ਤੇ ਚੜ ਕੇ ਕੰਮ ਕਰ ਰਹੇ ਸਨ ਤਾਂ ਅਚਾਨਕ ਬਾਂਸ ਟੁੱਟ ਗਿਆ, ਜਿਸ ਕਰਕੇ ਦੋਨੋਂ ਹੀ ਜ਼ਮੀਨ ਤੇ ਆ ਡਿੱਗੇ ਤੇ ਮਿੰਟਾਂ ਦੇ ਵਿੱਚ ਹੀ ਇਲਾਕੇ 'ਚ ਚੀਕ ਚਿਹਾੜਾ ਮੱਚ ਗਿਆ। ਤੁਰੰਤ ਇਹਨਾਂ ਜ਼ਖਮੀ ਕਾਮਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਇਹਨਾਂ ਜ਼ਖਮੀਆਂ ਦੇ ਮਾਪੇ ਵੀ ਹਸਪਤਾਲ ਪਹੁੰਚੇ ਹੋਏ ਨੇ ਤੇ ਉੱਧਰ ਇਮਾਰਤ ਦਾ ਮਾਲਕ ਵੀ ਮਜ਼ਦੂਰਾਂ ਦਾ ਹਾਲ ਚਾਲ ਜਾਣਨ ਦੇ ਲਈ ਹਸਪਤਾਲ ਪਹੁੰਚਿਆ।